ਚੈਨਲ ਤੇ ਵੀ ਪਹੁੰਚ ਗਏ, ਉਹਨਾਂ ਵੱਲੋਂ ਵੀ ਮਾਇਆ ਭੇਜੀ ਗਈ ਹੈ ਤਾਂ ਜੋ ਧੰਨਵਾਦ ਕਰਦੇ ਹਾਂ। ਆਓ ਇੱਕ ਕਵਿਤਾ ਸੁਣੋ, ਵੀ ਕਾਲੇ ਕਾਗੋ ਹੰਸ ਬਣਾਉਂਦੀ ਗੁਰੂ ਨਾਨਕ ਦੀ ਬਾਣੀ ਹੈ। ਕਾਕਾ ਗਗਨਦੀਪ ਸਿੰਘ, ਵੀਰੇਵ ਸਿੰਘ ਕਲਾਲਾ ਤੇ ਮਕਸੂਦ ਦੇ ਵਾਲੇ ਪ੍ਰੀਤ ਸਿੰਘ ਸੰਦਲ ਦਾ ਕਹਾਏ। ਕਿਉਂਕਿ ਕਿਉਂ ਸਾਰੇ ਜਗ ਦੇ ਵੇਦ ਕਤੇ ਬੰਦੇ ਨੂੰ ਸਮਝ ਆਉਂਦੇ ਨੇ, ਪੜ ਪੜ ਹੁੰਦੇ ਦੂਰ ਭਲੇਖੇ ਰਸਤਾ ਬਤਲਾਉਂਦੇ ਨੇ, ਪੜ ਪੜ ਹੁੰਦੇ ਦੂਰ ਭਲੇਖੇ ਰਸਤਾ ਬਤਲਾਉਂਦੇ ਨੇ। ਆਓ ਜਿਸ ਨੂੰ ਲੱਭਿਆ ਧਰ ਸਤਿਗੁਰ ਦਾ ਮੁੱਖ ਦੀ ਆਉਣੀ ਜਾਣੀ ਹੈ, ਕਾਲੇ ਕਾਕੋਂ ਹੰਸ ਬਣਾਉਂਦੀ ਗੁਰੂ ਨਾਨਕ ਦੀ ਬਾਣੀ ਹੈ, ਕਾਲੇ ਕਾਕੋਂ ਹੰਸ ਬਣਾਉਂਦੀ ਗੁਰੂ ਨਾਨਕ ਦੀ ਬਾਣੀ ਹੈ। ਸਾਰੇ ਜਗ ਦੇ ਵੇਦ ਕਿਤਾਬਾਂ ਬੰਦੇ ਨੂੰ ਸਮਝ ਆਉਂਦੇ ਨੇ, ਪੜ ਪੜ ਹੁੰਦੇ ਦੂਰ ਭਲੇਖੇ ਰਸਤਾ ਦਿਖਲਾਉਂਦੇ ਨੇ, ਪੜ ਪੜ ਹੁੰਦੇ ਦੂਰ ਭਲੇਖੇ ਰਸਤਾ ਦਿਖਲਾਉਂਦੇ ਨੇ। ਓ ਜਿਸ ਨੂੰ ਲੱਭਿਆ ਧਰ ਸਤਿਗੁਰ ਦਾ ਮੁੱਖ ਦੀ ਆਉਣੀ ਜਾਣੀ ਹੈ, ਕਾਲੇ ਕਾਕੋਂ ਹੰਸ ਬਣਾਉਂਦੀ ਗੁਰੂ ਨਾਨਕ ਦੀ ਬਾਣੀ ਹੈ, ਕਾਲੇ ਕਾਕੋਂ ਹੰਸ ਬਣਾਉਂਦੀ ਗੁਰੂ ਨਾਨਕ ਦੀ ਬਾਣੀ ਹੈ। ਓ ਜਿਹੜੇ ਬੰਦੇ ਗੁਰਬਾਣੀ ਨੇ ਚੜ੍ਹਾ ਬੈਠੇ, ਖੁਸ਼ੀਆਂ ਆਈਆਂ ਦੁਨੀਆਂ ਗਈਆਂ ਦੁਨੀਆਂ ਨਵੀਂ ਬਸਾ ਬੈਠੇ, ਖੁਸ਼ੀਆਂ ਆਈਆਂ ਦੁਨੀਆਂ ਗਈਆਂ ਦੁਨੀਆਂ ਨਵੀਂ ਬਸਾ ਬੈਠੇ। ਓ ਕਾਮ ਕ੍ਰੋਧ ਤੇ ਲੋਭ ਲਹਿਰ ਦੀ ਫੇਰ ਨਾ ਉਹਦੇ ਤਾਰੀ ਹੈ, ਕਾਲੇ ਕਾਕੋਂ ਹੰਸ ਬਣਾਉਂਦੀ ਗੁਰੂ ਨਾਨਕ ਦੀ ਬਾਣੀ ਹੈ, ਕਾਲੇ ਕਾਕੋਂ ਹੰਸ ਬਣਾਉਂਦੀ ਗੁਰੂ ਨਾਨਕ ਦੀ ਬਾਣੀ ਹੈ। ਕਹਿੰਦਾ ਰਾਕਸ਼ ਬਣੀ ਗੰਧਾਰੀ ਖੁਦੋਂ ਸਜਣਾ ਗਣਾ ਦੇ ਦੇ, ਕਹਿੰਦਾ ਰਾਕਸ਼ ਬਣੀ ਗੰਧਾਰੀ ਖੁਦੋਂ ਸਜਣਾ ਬਣਾ ਦੇ ਦੇ, ਜਿਸ ਹਿਰਦੇ ਵਿੱਚ ਉਹ ਪਹਨੇਰਾ ਬਾਣੀ ਜੋਤ ਜਗਾ ਦੇ ਦੇ, ਜਿਸ ਹਿਰਦੇ ਵਿੱਚ ਉਹ ਪਹਨੇਰਾ ਬਾਣੀ ਜੋਤ ਜਗਾ ਦੇ ਦੇ। ਓ ਬਾਣੀ ਬਣੇ ਕਬੀਰ ਭੰਡਾਰੀ ਕੰਮ ਤੇ ਨਮਾਰਾਣੀ ਹੈ, ਕਾਲੇ ਕਾਕੋਂ ਹੰਸ ਬਣਾਉਂਦੀ
ਫਿਰ ਨਾਨਕ ਦੀ ਬਾਣੀ ਹੈ ਹੰਸ ਬਣਾਵੇ, ਫਿਰ ਨਾਨਕ ਦੀ ਬਾਣੀ ਹੈ ਧਰਤੀ ਅੰਬਰ ਕੌਣਾ ਪਰਬਤ ਇਸ ਨੂੰ ਸੀਸ ਚੜਾਉਂਦੇ ਨੇ, ਚੰਨ ਸੂਰਜ ਤੇ ਦੀਪਕ ਇਸ ਦੀ ਆਰਤੀ ਆਉਂਦੇ ਨੇ, ਚੰਨ ਸੂਰਜ ਤੇ ਦੀਪਕ ਇਸ ਦੀ ਆਰਤੀ ਆਉਂਦੇ ਨੇ, ਲਿਓ ਲਿਓ ਕਰੇ ਸਲਾਮਾ ਇਸ ਨੂੰ ਪੰਜ ਦਰਿਆ ਦਾ ਪਾਣੀ ਹੈ ਕਾਲੇ ਕਾਗੋਂ ਹੰਸ ਬਣਾਉਂਦੀ, ਫਿਰ ਨਾਨਕ ਦੀ ਬਾਣੀ ਹੈ ਕਾਲੇ ਕਾਗੋਂ ਹੰਸ ਬਣਾਵੇ, ਫਿਰ ਨਾਨਕ ਦੀ ਬਾਣੀ ਹੈ ਤੇਰੇ ਸੋਤੇ ਹੱਥ ਕਰਾਰਾ ਤੇਰੇ ਸਿਰ ਤੇ ਹੱਥ ਬਰਾਰਾ ਰਹਿ ਬਰ ਲੁਕਾ ਹੋਗਾ ਕਾਲੇ ਕਾਗੋਂ ਹੰਸ ਬਣਾਉਂਦੀ ਗੁਰੂ ਨਾਨਕ।
ਨੱਥੇ ਅਬਦੁੱਲੇ ਦੇ ਗੌਣ ਸੰਗਤੇ ਵਾਰਾ ਕੀਤੇ ਸਾਰੇ ਖਤਮਾ ਜਦ ਤੱਕਿਆ ਜਹਾਂਗੀਰ ਨੇ ਤਾਂ ਆਪ ਖੁਦਾ ਹੈ ਲੱਗਿਆ ਕਰਨ ਵਿਚਾਰਾ ਬੰਦੀ ਸੋੜ ਸਤਿਗੁਰੂ ਬੰਧਨ ਕੱਟੇ ਰਾਜਿਆਂ ਦੇ ਪੈਨਕ ਚੋੜਾ ਤੇ ਖੁਸ਼ ਹੋਈਆਂ ਬਾਈ ਤਾਰਾ ਕੀਤਾ ਸ਼ੇਰ ਖਤਮ ਜਦ ਤੱਕਿਆ ਜਹਾਂਗੀਰ ਨੇ ਤਾਂ ਆਪ ਖੁਦਾ ਹੈ ਲੱਗਿਆ ਕਰਨ ਵਿਚਾਰਾ ਓ ਬੰਦੀ ਸੋੜ ਸਤਿਗੁਰੂ ਬੰਧਨ ਕੱਟੇ ਰਾਜਿਆਂ ਦੇ ਪੈਨਕ ਚੋੜਾ ਤੇ ਖੁਸ਼ ਹੋਈਆਂ ਬਾਈ ਤਾਰਾ ਨੱਕ ਚਿਲਕੇ ਲਬਾਈ ਚੰਦੂ ਬੇਈਮਾਨ ਦੇ ਹਰ ਹਰ ਪਿੰਖ ਮੰਗਾਈ ਬਖਸ਼ੂ ਕਰੇ ਵਿਚਾਰਾ ਪਾਏ ਚਰਨ ਮੁਬਾਰਕ ਜਾ ਕੇ ਭਾਗ ਪੜਾਣੀ ਦੇ ਮੈਂ ਕਿਹਾ ਚਾਰ ਚਫੇਰਾ ਮਿਲ ਗਈਆਂ ਗੁਲਜਾਰਾ ਕਿਹੜੇ ਸੰਤਾਂ ਦੇ ਯਾਰ ਕੇ ਦਮਦਮਾ ਸਾਹਿਬ ਵਿਖੇ ਕਹਿੰਦੇ ਉਸ ਸਮੇਂ ਸੀ ਜਿਹੜੇ ਕਰਦੇ ਸੀ ਇੰਤਜ਼ਾਰਾ ਕੇ ਰੱਖੀ ਪੜੋਲਾ ਸਤਿਗੁਰ ਕਹਿੰਦੇ ਸੂਰਤੀਏ ਲੰਗਰ ਵਰਤੇ ਪਾਵੇਂ ਅੰਦਰ ਕੁੰਡਾ ਚਾਰਾ ਹੋ ਚੋੜਾ ਜੋੜਾ ਮੰਜੀ ਪੋਥੀ ਇੱਕ ਸੁਨਹਿਰੀ ਜੋ ਬਖਸ਼ਣ ਹਾਰੇ ਬਖਸ਼ੀ ਕਰਕੇ ਤੇ ਉਪਕਾਰਾ ਕਰਕੇ ਦਾਤਣ ਦਾਤਣ ਗੱਡੀ ਲਖਾਣੇ ਧੋਪੇ ਦੇ ਕਰਕੇ ਦਾਤਣ ਕੰਡੇ ਗੱਡੀ ਲਖਾਣੇ ਧੋਪੇ ਦੇ ਨਿਮ ਸਰ ਧਾਮ ਸੰਗਤ ਪਹੁੰਚਣ ਜਿੱਥੇ ਹਜ਼ਾਰਾ ਨਾਨਕ ਸਾਂਜ ਕਰੂਗੀ ਆਫਤ ਕੋਈ ਨਗਰੀ ਦਾ ਨਗਰੀ ਦਾ ਨਗਰੀ ਦਾ ਨਾਨਕ ਸਾਨ ਕਰੂਗੀ ਆਫਤ ਕੋਈ ਨਗਰੀ ਦਾ ਦੁਸ਼ਮਣ ਛੜ ਕੇ ਆਇਆ ਖਾ ਕੇ ਮੁੜੂਗਾ ਹਾਰਾ ਸੰਗਲ ਕਰੀ ਤਪਲਾ ਕੀ ਸੋ ਪਾਲਕ ਤੂੰ ਸਤਗੁਰ ਦੀਦਾ ਤਾਂ ਜਸ ਗਾਉਂਦੇ ਚਾਰ ਤੇ ਛੇ ਅਠਾਰਾ ਜੀਦਾ ਜੀ ਜਸ ਗਾਉਂਦੇ ਚਾਰ ਤੇ ਛੇ ਸੇਵੇ ਸਤਿਗੁਰਾਂ ਦੇ ਇਹ ਪਾਵਨ ਇਤਿਹਾਸ ਤੋਂ ਖੁਸ਼ ਹੋ ਕੇ ਬਹੁਤ ਸਾਰੀਆਂ ਸੰਗਤਾਂ ਮਾਇਆ ਭੇਜੀਆਂ ਭਾਈ ਹਰਜਿੰਦਰ ਸਿੰਘ ਘਲੋਟੀ ਭਾਈ ਇਸ ਗੱਲ ਨੂੰ ਮੂਲ ਨਾ ਭੁਲਾਇਆ ਕਰ ਗੁਰੂ ਘਰ ਦੀ ਚੜ੍ਹਦੀ ਕਲਾ ਵੇਖ ਕੇ ਸੋਚ ਸੋਚ ਕੇ ਤੇਰੀ ਤੂੰ ਤਾਇਆ ਨਾ ਕਰ ਬੈਠੂ ਬੱਚੀ ਤੇ ਮਿਹਰਬਾਨ ਪੁੱਤ ਤੇਰਾ ਜਕਾਰਾ ਲਾ ਦਿਓ ਸੋ
ਉੱਚੇ ਸੁੱਚੇ ਨੇ ਸ਼ਬਦ ਚਾਰ ਥੋੜੇ ਸਾਡੇ ਪੱਲੇ ਲੱਖ ਵਧਾਈ ਹੋਵੇ ਉੱਪਰ ਖੁਸ਼ ਨੇ ਛੇਵੇਂ ਦਤਾਰ ਥੋੜੇ ਲੈ ਕੇ ਖੁਸ਼ੀਆਂ ਦੇ ਪੁਸ਼ਪ ਦਰਬਾਰ ਸਿੰਘਾ ਭਾਈ ਗੁੰਦ ਕੇ ਗਲਾਂ ਵਿੱਚ ਹਾਰ ਥੋੜੇ ਭਾਈ ਗੁੰਦ ਕੇ ਗਲਾਂ ਵਿੱਚ ਹਾਰ ਥੋੜੇ ਪਿਰਥੀ ਚੰਦ ਦੀ ਜਿਹੜੀ ਘਰ ਵਾਲੋ ਸੀ ਬਾਲੀ ਸੀ ਉਹਦਾ ਨਾਮ ਸੀ ਕਰਮੋ ਉੱਤ ਦਲ ਸੀਨੇ ਬੇਚਾ ਡੰਗ ਮਾਰਦੇ ਕਿਉਂ ਨਾ ਮੱਥੇ ਤੇ ਲਾ ਕੇ ਲਗਾਇਆ ਬਾਲਮਾ ਕਿਉਂ ਨਾ ਤੈਨੂੰ ਗੱਦੀ ਤੇ ਬਿਠਾਇਆ ਬਾਲਮਾ ਤੇਰੇ ਕਹਿ ਨਾਲ ਕਹਿ ਤੂੰ ਇਨਸਾਫ ਹੋਇਆ ਨਾ ਕੀਤਾ ਕੀ ਕਸੂਰ ਜਿਹੜਾ ਕੋਈ ਕਰਾਮਾਤ ਨਹੀਂ ਝੂਠ ਦਾ ਤੂੰ ਗੱਲਾਂ
ਜੇ ਤੇਰੇ ਪੱਲੇ ਕੁਛ ਹੁੰਦਾ ਤੈਨੂੰ ਗੁਰੂ ਬਣਾਉਂਦੇ। ਫਿਰ ਪ੍ਰਿਥੀ ਚੰਦ ਕੀ ਜਵਾਬ ਦਿੰਦਾ ਅਗਲੇ ਪੜਾਅ ਤੇ ਹਥਿਆਰ ਤੁਹਾਡੇ ਨਾਲ ਸਾਂਝਾ ਕਰਾਂਗੇ ਇਸ ਪੜਾਅ ਦੀ। ਯਾਦ ਰਹੇਗੀ
ਅਮਰ ਦਰਬਾਰ ਸਿੰਘਾ ਕੋਲ ਜਾਇਓ ਨਾ ਕੋਲ ਕਰਾਰ ਦਾਤਾ ਕੋਲ ਜਾਇਓ ਨਾ ਕੋਲ ਕਰਾਰ ਦਾਤਾ ਸਤਿਗੁਰ ਦੀ ਕਰਮੋਂ ਮੇਰੇ ਜਾਂਦੇ ਨੇ
ਹੰਡਾ ਬਣ ਜਰੀਆ ਜੁਗਤੀ ਨਰ ਮੁਕਤੀ ਦੇ ਸੰਦਲਾ ਸਤ ਗੁਰ ਕਰ ਨਹੀਂ ਸਾਰੇ ਸਤ ਗੁਰ ਜੀ ਕਰਮੋ ਦੇ ਮੇਣ ਜਾਂਦੇ ਨਹੀਂ ਸਹਾਰੇ। ਮਾਤਾ ਗੰਗਾ ਜੀਆਂ ਨੇ ਆਪਣੇ ਦਿਲ ਦਾ ਦੁਖੜਾ ਪੰਚਮ ਸਤਿਗੁਰਾਂ ਦੇ ਚਰਨਾਂ 'ਚ ਪੇਸ਼ ਕਰਤਾ। ਫਿਰ ਦਤਾਰ ਸਤਿਗੁਰੂ ਕੀ ਅੱਗਿਓਂ ਫਰਮਾਉਂਦੇ ਨੇ ਇਹ ਸਾਰਾ ਇਤਿਹਾਸ ਅਗਲੇ ਪੜਾਵਾਂ 'ਤੇ ਬੋਲਾਂਗੇ। ਸੰਗਤ ਮਨਾ ਗਾਫਲਾ ਛੱਡ ਦੇ ਗਫਲਤਾ ਤੂੰ ਸੋਚਦਾ ਨੀ ਕਿ ਤੇਰਾ ਫਰਜ਼ ਕੀ ਏ ਘਾਟਾ 24,000 ਸਵਾਸ ਦਾ ਨਿਤ ਖਾਨੇ ਤੂੰ ਤੰਗ ਦੱਸ ਹੋ ਬਣਾ ਹਰਜ ਕੀ ਆਓ ਜਦ ਆਪਣੇ ਹੱਥੀ ਨੀ ਤੂੰ ਦਾਨ ਕਰਦਾ ਅੱਗੇ ਵਾਸਤੇ ਬਾਗਾਂ ਕਰਜ ਕੀ ਜੇ ਤੂੰ ਗੁਰੂ ਉਪਦੇਸ਼ ਨੂੰ ਮੰਨਦਾ ਨਾ ਤੈਨੂੰ ਹੋਰਾਂ ਨੇ ਸਜਣਾ ਬਰਜ ਕੀ ਤੈਨੂੰ ਹੋਰਾਂ ਨੇ ਸਜਣਾ ਬਰਜ ਕੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਸੀ
ਦਿੱਲੀ ਤੋਂ ਜੈਤਾ ਨੰਗੇ ਪੈਰ ਲੈ ਕੇ ਆਇਆ। ਅਨੰਦਪੁਰ ਸਾਹਿਬ ਮਹਾਰਾਜ ਦੇ ਸੀਸ ਨੂੰ ਅਗਨ ਭੇਟ ਕਰਨ ਤੋਂ ਪਹਿਲਾਂ ਦਸਵੇਂ ਅਵਤਾਰ ਸਤਿਗੁਰਾਂ ਨੇ ਗੋਕਲ ਵਿੱਚ ਲੈ ਕੇ ਕਿਹਾ, ਰੰਗਰੇਟਾ ਗੁਰ ਕਾ ਬੇਟਾ। ਰੰਗਰੇਟੇ ਕੌਣ ਸੀ, ਲੰਮਾ ਇਤਿਹਾਸ ਆ, ਕਦੇ ਮੌਕਾ ਮਿਲਿਆ ਸਮਝਾਵਾਂਗੇ। ਦੁਨੀਆ ਇਹਨਾਂ ਨੂੰ ਤਿਸ਼ਕਾਰ ਦੀਆਂ ਨਜ਼ਰਾਂ ਨਾਲ ਦੇਖਦੀ ਸੀ, ਲੋਕ ਇੱਕ ਤਰ੍ਹਾਂ ਨਾਲ ਨਫ਼ਰਤ ਕਰਦੇ ਸੀ, ਕਿਉਂਕਿ ਇਹ ਦੀਨ ਇਲਾਹੀ ਅਕਬਰ ਨੇ ਜਿਹੜੀ ਚਲਾਈ ਸੀ ਉਹਦੇ ਵਿੱਚੋਂ ਵਾਪਸ ਆਏ ਸੀ। ਗੁਰੂ ਜੀ ਨੇ ਕਿਹਾ, ਰੰਗਰੇਟੇ ਤਰਸ ਕਰਨ ਦੇ ਲਾਇਕ ਨਹੀਂ, ਇਹ ਤਾਂ ਮਾਰ ਕਰਨ ਵਾਲੀ ਕੌਮ ਆ। ਤੁਸੀਂ ਕਹਿੰਦੇ ਰੰਗਰੇਟਿਆਂ ਦਾ ਕੋਈ ਨਹੀਂ, ਦਤਾਰ ਸਤਿਗੁਰ ਕਹਿੰਦੇ ਅਸੀਂ ਆ ਰੰਗਰੇਟਿਆਂ ਦੇ, ਰੰਗਰੇਟੇ ਗੁਰ ਕੇ ਬੇਟੇ। ਦਤਾਰ ਸਤਿਗੁਰਾਂ ਨੇ ਕਿਹਾ ਹੀ ਨਹੀਂ, ਆਪਣਾ ਪੁੱਤਰ ਪੜਾ ਕੇ ਵੀ ਦਿਖਾਇਆ। ਚਾਰ ਸਾਹਿਬਜ਼ਾਦੇ ਜਦੋਂ ਮਹਾਰਾਜਿਆਂ ਦੇ ਹੋਏ, ਇੱਕ ਦਿਨ ਦਤਾਰ ਸਤਿਗੁਰ ਬੈਠੇ ਨਾਲ ਉਹਨਾਂ ਦੇ ਹਜ਼ੂਰੀ ਸਿੱਖ ਬੈਠੇ, ਬੈਠੇ ਬੈਠੇ ਗੱਲਾਂ ਕਰਦੇ ਕਰਦੇ ਦਸਵੇਂ ਸਤਿਗੁਰੂ ਕਹਿੰਦੇ, ਸਿੱਖੋ ਓਏ ਜਾਓ ਸਾਡੇ ਪੰਜਾਂ ਪਿਆਰਿਆਂ ਨੂੰ ਸਾਹਿਬਜ਼ਾਦੇ ਨੂੰ ਲੈ ਕੇ ਆਓ, ਜਾਓ ਪੰਜੇ ਨੇ, ਸਾਹਿਬਜ਼ਾਦੇ ਤਾਂ ਚਾਰ ਹੀ ਨੇ, ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਵਾਟੇ ਦੀ ਪੌਲ ਲੈ ਕੇ ਬਾਬਾ ਜੀਵਨ ਸਿੰਘ ਬਣ ਗਿਆ, ਉਹ ਸਾਡਾ ਜੇਠਾ ਪੁੱਤਰ ਆ, ਜੇਠਾ ਪੁੱਤ ਪੰਜਵਾਂ ਸਾਡਾ। ਸਤਿਗੁਰ ਜੀ ਕਹਿੰਦੇ ਨੇ, ਜੈਤੇ ਨੂੰ ਵੀ ਤੁਸੀਂ ਨਾਲ ਲੈ ਕੇ ਆਉਣਾ ਸੀ, ਆਪਣੇ ਪੰਜਵੇਂ ਪੁੱਤਰ ਦਾ ਸਤਿਕਾਰ ਦਸਵੇਂ ਸਤਿਗੁਰੂ ਜੀ ਹੈ। ਇੱਕ ਦਿਨ ਦਾ ਪਰ ਪਾਤਸ਼ਾਹ ਪੰਜੇ ਸਾਹਿਬ ਜਾਂਦੇ ਸੋਣਾ, ਸਿੱਖ ਚੱਕਰਾਂ ਵਿੱਚ ਪੈਂਦੇ ਨੇ, ਛੋਟਾ ਪੁੱਤ ਪੰਜਵਾਂ ਸਾਡਾ ਸਤਿਗੁਰ ਜੀ ਕਹਿੰਦੇ ਨੇ, ਛੋਟਾ ਪੁੱਤ ਸਾਡਾ ਯਾਦ ਤੇਰਾ ਬਰ ਫਤਿਹ ਸਿੰਘ ਤੇ ਗੀਤਾ ਜਜਾਰ ਵੀ ਆਖਦੇ ਸਿੰਘ ਹਜ਼ੂਰੀ ਸਹਿਜਾ ਤੇ ਚਾਰ ਵੀ ਚਾਰੇ ਸਹਿਜਾ ਤੇ ਆ ਕੇ ਚਰਨਾਂ ਵਿੱਚ ਬਹਿੰਦੇ ਨੇ, ਚੈਤਾ ਪੁੱਤ ਪੰਜਵਾਂ ਸਾਡਾ ਸਤਿਗੁਰ ਜੀ ਕਹਿੰਦੇ ਨੇ, ਚੈਤਾ ਪੁੱਤ ਪੰਜਵਾਂ ਸਾਡਾ। ਇੱਕ ਦਿਨ ਦਾ ਤਾਰ ਪਾਤਸ਼ਾਹ ਚੋਜਾਰਾ ਚਾਇਆ ਸੀ, ਪੰਜੇ ਸਾਹਿਬਜ਼ਾਦੇ ਆਖੋ ਸੁਣਾਇਆ ਸੀ, ਪੰਜੇ ਸਾਹਿਬਜ਼ਾਦੇ ਸੁਰ ਸਿੱਖ ਚੱਕਰਾਂ ਵਿੱਚ ਪੈਂਦੇ ਨੇ, ਚੇਤਾ ਪੁੱਤ ਪੰਜਵਾਂ ਸਾਡਾ ਸਤਿਗੁਰ ਜੀ ਕਹਿੰਦੇ ਨੇ, ਚੇਤਾ ਤਾ ਪੁੱਤਰ ਸਾਡਾ ਜੋਰਾਵਰ ਫਤਿਹ ਸਿੰਘ ਤੇ ਆਖਦੇ ਸਿੰਘ ਹਜ਼ੂਰੀ ਸਹਿਜਾ ਤੇ ਚਾਰ ਜੀ, ਚਾਰੇ ਸਹਿਜਾ ਤੇ ਆ ਕੇ ਚਰਨਾਂ ਵਿੱਚ ਬਹਿੰਦੇ ਨੇ, ਚੇਤਾ ਪੁੱਤ ਪੰਜਵਾਂ ਸਾਡਾ ਸਤਿਗੁਰ ਜੀ ਕਹਿੰਦੇ ਨੇ, ਚੇਤਾ ਪੁੱਤ ਪੰਜਵਾਂ ਸਾਡਾ ਚਾਰੇ ਹੀ ਸਾਹਿਬ ਜਾਤਿਆਂ ਤਾਈ ਜੋ ਲਿਆਏ ਸੀ, ਸੁਣ ਕੇ ਗੱਲ ਸਤਿਗੁਰ ਜੀ ਦੀ ਖੁਸ਼ੀਆਂ ਵਿੱਚ ਆਏ ਸੀ, ਯੋਰੀਆਂ ਕੋਲ ਲਾਲਾਂ ਦੇ ਜੋਟਾ ਪੁੱਤ ਪੰਜਵਾਂ ਸਾਡਾ ਸਤਿਗੁਰ ਜੀ ਕਹਿੰਦੇ ਨੇ, ਜੋਟਾ ਪੁੱਤ ਪੰਜਵਾਂ ਸਾਡਾ ਰੰਗਰੇਟਾ ਗੁਰ ਕਾ ਬੇਟਾ ਮੁੱਖੋਂ ਫਰਮਾਇਆ ਸੀ, ਲੈ ਕੇ ਦਲ ਸੀ ਸਦਲੀ ਤਾਂ ਲੈ ਕੇ ਦਲ ਸੀ ਸਦਲੀ ਤਾਂ ਸਤਿਗੁਰ ਦਾ ਆਇਆ ਸੀ, ਨਕਸ਼ੇ ਸਾਡੇ ਦਿਲ ਤੋਂ ਮਹਿਲੇ ਨਾ ਲੈਂਦੇ ਨੇ, ਦਿੱਤਾ ਪੁੱਤ ਪੰਜਵਾਂ ਸਾਡਾ ਸਤਿਗੁਰ ਜੀ।
ਜਵਾ ਸੰਦਲ ਮਕਸੂਦੜੇ ਬਾਲਿਆ ਸੰਦਲਾ ਮਕਸੂਦੜ ਬਾਲਿਆ ਆਪੇ ਭਗਵਾਨ ਗੁਰੂ ਹਰ ਸੋਹਣੇ ਅਰਸ਼ ਪਚਾਉਂਦੇ ਜੇਤੇ ਵਰਦਾਨ ਗੁਰੂ ਲੱਖਾਂ ਨੇ ਜੇਤੇ ਵਰਗੇ ਕੱਲੇ ਜਪ ਲੈਂਦੇ ਨੇ ਜੇਤਾ ਪੁੱਤ ਪੰਜਵਾ ਸਾਡਾ ਸਤਗੁਰ ਜੀ ਕਹਿੰਦੇ ਨੇ ਜੇਤਾ ਪੁੱਤ ਪੰਜਵਾ ਸਾਡਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਅਸੀਂ ਕਿਹਾ ਹੀ ਨਹੀਂ ਸੀ ਰੰਗਰੇਟਾ ਕਰੋ
ਕਰ ਰਹੇ ਹਾਂ ਉਹਦੇ ਵਿੱਚ ਇੱਕ ਕਵਿਤਾ ਅਸੀਂ ਬੋਲਣੀ ਆ ਉਹ ਜੋ ਇਤਿਹਾਸ ਚੱਲ ਰਿਹਾ ਮਾਤਾ ਗੰਗਾ ਜੀ ਗਏ ਬਾਬਾ ਬੁੱਢਾ ਜੀ ਦੇ ਕੋਲ ਬਾਬਾ ਬੁੱਢਾ ਜੀ ਨੂੰ ਕਿਹਾ ਵੀ ਭੋਜਨ ਛਕੋ ਬਾਬਾ ਜੀ ਕਹਿੰਦੇ ਮਾਤਾ ਦਿਨ ਨਹੀਂ ਚੜਿਆ ਜੇ ਤਾਂ ਭੁੱਖੇ ਨਹੀਂ ਲੱਗੀ ਹੋਈ ਫਿਰ ਮਾਤਾ ਜੀ ਨੇ ਦੱਸਿਆ ਭੋਜਨ ਛਕੋ ਖੁਸ਼ ਹੋ ਕੇ ਪ੍ਰਦਾਨ ਦਿਓ
ਕਢਾਣੀ ਨਗਰ ਭਾਗਾਂ ਵਾਲੇ ਇਸ ਧਰਤੀ ਨੂੰ ਭਾਗ ਲਾਏ, ਉਹਨਾਂ ਦੀ ਪਾਵਨ ਜਾਤ ਦੇ ਵਿੱਚ ਨਗਰ ਕੀਰਤਨ ਰਵਾਨ ਹੋਇਆ, ਸੰਪੂਰਨਤਾ ਵਾਲੇ ਸਥਾਨ ਤੇ ਪਹੁੰਚ ਰਿਹਾ। ਇੱਕ ਬੇਨਤੀ ਜਥੇਦਾਰ ਪ੍ਰੇਮ ਸਿੰਘ ਮਿੱਸੇ ਪ੍ਰਸ਼ਾਦੇ ਗੰਢਾ ਆਪਣੇ ਮਾਤਾ ਜੀ ਹੋਰ ਕੀ ਲੈ ਕੇ ਆਇਓ। ਮਾਤਾ ਜੀ ਦੇਖੀ ਜਾਣ ਅੱਜ ਖੁਸ਼ ਨੇ। ਬਾਬਾ ਬੁੱਢਾ ਜੀ ਨੇ ਇੱਕ ਗੰਢਾ ਕੱਢਿਆ, ਐ ਮੁੜ ਤੇ ਰਹਾ ਪ੍ਰਸ਼ਾਦ ਤੇ ਰੱਖ ਕੇ ਭੰਨਿਆ। ਉਹਨੇ ਕਿਹਾ, ਮਾਤਾ ਜੀ ਅੱਜ ਜ਼ੁਲਮ ਬਹੁਤ ਹੋ ਰਹੇ ਨੇ, ਇਹਨਾਂ ਜ਼ੁਲਮਾਂ ਨੂੰ ਖਤਮ ਕਰਨ ਵਾਲਾ ਇੱਕ ਮਹਾਂਬਲੀ ਯੋਧਾ ਤੁਹਾਡੀ ਕੁੱਖ ਚੋਂ ਪੈਦਾ ਹੋਊਗਾ। ਜਿਵੇਂ ਅਸੀਂ ਇਹ ਗੰਢਾ ਭੰਨਿਆ, ਜਾਨਵਾਂ ਦੇ ਸਿਰ ਇਸ ਤਰ੍ਹਾਂ ਭੰਨੂਗਾ। ਖੁਸ਼ ਹੋ ਗਏ ਮਾਤਾ ਜੀ। ਬਾਬਾ ਬੁੱਢਾ ਜੀ ਨੇ ਸੁੱਤੇ ਸਿਰ ਦੇ ਬਚਨ ਕੀਤੇ, ਆ ਗਏ। ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਪ੍ਰਕਾਸ਼ ਦਾ ਸਮਾਂ ਆਇਆ, ਮਹਾਂਪੁਰਸ਼ਾਂ ਦੇ ਬਚਨ ਫੇਰ ਨਹੀਂ ਜਾਂਦੇ।
ਉਧਰ ਪਿਰਦੀ ਚੰਦ ਦੀ ਘਰ ਵਾਲੀ ਕਰਮ ਉਹਨੇ ਸ਼ਰੀਕਤ ਜ਼ਿਆਦਾ ਕੀਤੀ। ਮਾਤਾ ਗੰਗਾ ਜੀ ਨੇ ਕਿਹਾ ਗੁਰੂ ਅਰਜਨ ਦੇਵ ਜੀ ਨੂੰ, ਗੁਰੂ ਜੀ ਇਹ ਪਿਰਦੀ ਚੰਦ ਹਰੀ ਬਹੁਤ ਜ਼ਿਆਦਾ ਨੁਕਸਾਨ ਕਰਨਾ ਚਾਹੁੰਦੇ ਨੇ, ਮੈਂ ਆਪਣੀ ਨੂੰਹ ਨੂੰ ਲੈ ਕੇ ਇੱਥੋਂ ਅੰਮ੍ਰਿਤਸਰ ਸਾਹਿਬ ਤੋਂ ਚਲੀ ਨਾ ਜਾਵਾਂ। ਫਿਰ ਬਡਾਲੀ ਗੁਰੂ ਕੀ ਚਲੇ ਗਏ, ਬਡਾਲੀ ਫਿਰ ਆ ਭਾਗਾ ਭਰਿਆ ਦਿਨ ਆਇਆ। ਅੱਜ ਦੇ ਨਗਰ ਕੀਰਤਨ ਦੀ ਸੰਪੂਰਨਤਾ ਵਾਲੀ ਕਵਿਤਾ ਸੁਣੋ ਵੀ ਮਹਾਰਾਜਿਆਂ ਦਾ ਪ੍ਰਕਾਸ਼ ਬਡਾਲੀ ਨਗਰ ਦੇ ਵਿੱਚ, ਅੱਜ ਤਾਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਆ। ਇਉਂ ਲੱਗਦਾ ਜਿਵੇਂ ਅਮਰੀਕੀ ਪਾਉਣ ਰੱਬ ਦੇ ਪਿਆਰੇ ਨੂੰ ਸੁਨੇਹਾ ਦਿੱਤਾ ਹੋਵੇ, ਭਾਰਤ ਦੀ ਧਰਤੀ 'ਤੇ ਜਿਹੜੀ ਸਦੀਆਂ ਦੀ ਗੁਲਾਮੀ ਆ ਉਹਦੇ ਜੂੜੇ ਨੂੰ ਲਾਉਣ ਵਾਲੀ ਇੱਕ ਮਹਾਂਪਾਵਰ, ਜਾਨਵਰ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਵਾਲੀ ਪਾਵਰ, ਗੁਲਾਮਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਕੇ ਆਜ਼ਾਦੀ ਦੇ ਰਸਤੇ ਤੋਰਨ ਵਾਲੀ ਇੱਕ ਪਾਵਰ ਮਾਤ ਲੋਕ 'ਤੇ ਆ ਗਈ। ਇਹ ਕਵਿਤਾ ਸੁਣਿਓ ਵੀ ਅੰਬਰੋਂ ਵਰਦੇ ਫੁੱਲ ਖੁਸ਼ੀ ਦੇ, ਪਰੀਆਂ ਮੰਗਲ ਗਾਏ, ਇਉਂ ਲੱਗਦਾ ਸੀ ਜਿਵੇਂ ਅੰਬਰਾਂ 'ਚੋਂ ਪਰੀਆਂ ਫੁੱਲ ਵਰਸਾਉਂਦੀਆਂ ਹੋਣ, ਗੰਧਰਵ ਗਾਇਨ ਕਰਦੇ ਹੋਣ। ਛੇਵੇਂ ਸਤਿਗੁਰਾਂ ਨੇ ਬਡਾਲੀ ਦੀ ਧਰਤੀ 'ਤੇ ਆ ਕੇ ਸਭ ਦੇ ਜਗਤ ਜਲੰਧਰ ਜੀ ਬਿਠਾਇਆ। ਮਕਸੂਦ ਦੇ ਵਾਲੇ ਪ੍ਰੀਤ ਸਿੰਘ ਸੰਧਲ ਦੀ ਕਲਮ ਹੈ, ਕਿਉਂ ਲਿਖਾਉਂਦੇ ਪੂਰੀ ਹੋ ਜੋ ਵੀ ਇੱਥੇ ਆਇਆ।
ਦੀਆਂ ਮੰਡਲ ਗਾਏ ਮਾਮਾ ਭਾਵੇਂ ਹੋਵਣ ਪਰੀਆਂ ਨਾਲ ਹੁਸਨ ਦੇ ਲੱਟ ਲੱਟ ਭਰੀਆਂ ਤਕੜੇ ਕਰੀ ਵਿਆਹੀਆਂ ਭਰੀਆਂ ਪਹਿਨਣ ਪੱਟ ਹੰਡਾਵਣ ਜਰੀਆਂ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਗੱਲ ਲਾਲਾਂ ਦਾ ਹਾਰ ਨਾ ਹੋਵੇ ਪੁੱਤਰ ਦੀ ਘਾਟ ਦੁਨਿਆਵੀ ਬੀਬੀਆਂ ਦਾ ਤੰਗ ਕਰੂਗੀ ਹੀ ਕਰੂਗੀ ਮਾਤਾ ਗੰਗਾ ਜੀ ਪਰਮਾਰਥ ਦੇ ਰਾਹੀ ਸੀ ਉਹ ਮਾਤਾ ਗੰਗਾ ਜੀਆਂ ਦੇ ਨੂੰ ਵੀ ਇਹ ਗੱਲ ਰੜਕਦੀ ਸੀ ਵੀ ਪੁੱਤਰ ਹੋਵੇ ਭਾਨੀ ਮਾਤਾ ਜੀ ਫਿਰ ਮਾਤਾ ਗੰਗਾ ਜੀ ਨੂੰ ਲੈ ਕੇ ਬਟਾਲੀ ਗਿਆ ਬਟਾਲੀ ਆ ਕੇ ਸ਼ਿਵ ਸਤਿਗੁਰਾਂ ਨੇ ਭਾਗ ਲਾਏ ਅੱਜ ਆਪਣੇ ਸਾਰਿਆਂ ਦੇ ਕਰਮ ਚੰਗੇ ਨੇ ਅੰਮ੍ਰਿਤ ਵੇਲੇ ਤੋਂ ਆਪਾਂ ਨਗਰ ਕੀਰਤਨ ਦੀ ਹਾਜ਼ਰੀ ਭਰ ਕੇ ਆਪਣੇ ਜੀਵਨ ਨੂੰ ਧੰਨ ਬਣਾਇਆ ਛੇਵੇਂ ਸਤਿਗੁਰਾਂ ਦੇ ਪਾਵਨ ਦਿਹਾੜੇ ਦੀਆਂ ਸੰਗਤਾਂ ਨੂੰ ਲੱਖਾਂ ਮੁਬਾਰਕਾਂ ਇਸ ਤੋਂ ਪਹਿਲਾਂ ਕਿ ਨਗਰ ਕੀਰਤਨ ਗੁਰੂ ਘਰ ਲਈ ਰਵਾਨਾ ਹੋਵੇ ਇੱਕ ਬੱਚੀ ਪਹਿਲੇ ਪ੍ਰਾਂਤ ਹੋਈ ਹਰੇਕ ਪ੍ਰਾਂਤ ਕਹਿੰਦੀ ਆਈ ਆ ਵੀ ਮੈਂ ਇੱਕ ਕਵਿਤਾ ਬੋਲਣੀ ਆ ਅਸਲ 'ਚ ਬੋਲਣਾ ਉਹਨੇ ਮੂਲ ਮੰਤਰੀ ਆ ਮੈਂ ਗੁਸਤਾਖੀ ਕਰਦਾ ਵੀ ਉਸ ਬੱਚੀ ਨੂੰ ਜ਼ਰੂਰ ਮੌਕਾ ਦਿੱਤਾ ਜਾਵੇ ਛੇਵੇਂ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਦੀਆਂ ਇੱਕ ਵਾਰ ਫੇਰ ਸਮੁੱਚੇ ਨਗਰ ਨਿਵਾਸੀਆਂ ਨੂੰ ਸਾਰੀਆਂ ਸੰਗਤਾਂ ਨੂੰ ਲੱਖਾਂ ਮੁਬਾਰਕਾਂ ਬੋਲਦਿਆਂ ਤੋਂ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ ਗਲਤੀਆਂ ਨੂੰ ਸਾਰਿਆਂ ਨੂੰ ਆਪਣੇ ਬਣਾਓ ਕਰਨਾ ਚਲਾਓ ਸਾਰੀ ਸੰਗਤ ਰਸਨਾ ਪਵਿੱਤਰ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਸਤਿ ਮਹਾਰਾਜ ਸਿੱਖ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋ ਗਈਆਂ। ਸੋ ਗੁਰੂ ਸਾਹਿਬ ਜੀ ਨੇ ਬੜੀ ਹੀ ਕਿਰਪਾ ਕੀਤੀ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਜੁੜ ਕੇ ਨਗਰ ਕੀਰਤਨ ਸਜਾਏ ਗਏ ਨੇ। ਸੋ ਧੰਨਵਾਦ ਕਰਦੇ ਹਾਂ ਪੰਜਾਂ ਪਿਆਰਿਆਂ ਹਿੰਦੁਸਤਾਨ ਚ ਸਾਹਿਬਾਨਾਂ ਦਾ ਅਤੇ ਸੇਵਾਦਾਰ ਜਨਾਂ ਦਾ ਜਿਨ੍ਹਾਂ ਨੇ ਨਾਲ ਸੇਵਾ ਨਿਭਾਈ ਹੈ ਪ੍ਰਸ਼ਾਦ ਲਗਾਉਣ ਦੀ ਜਾਂ ਗੁਰੂ ਸਾਹਿਬ ਜੀ ਦੇ ਬਾਬਿਆਂ ਨਾਲ ਬਣ ਕੇ ਅਤੇ ਹੋਰ ਵੀ ਆਪ ਸਾਰਿਆਂ ਨੇ ਪ੍ਰਾਪਤ ਵੀ ਸਾਰੇ ਪਿੰਡਾਂ ਨੇ ਬੜਾ ਸਹਿਯੋਗ ਦਿੱਤਾ ਸਾਰੇ ਸੰਤ ਦਾ ਬਹੁਤ ਬਹੁਤ ਧੰਨਵਾਦ। ਸੁਖਾਂ ਦਾ ਜੋ ਸਮਾਗਮ ਹੈ ਤਕਰੀਬਨ 9 ਵਜੇ ਤੱਕ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸਮਾਗਮ ਹੋਵੇਗੀ। 11 ਵਜੇ ਤੱਕ ਘਾਟੀ ਦਰਬਾਰ ਹੋਵੇਗਾ, ਸਾਰੀ ਸਮਾਗਮ 11 ਵਜੇ ਹੋਵੇਗੀ। ਆਪ ਸੰਗਤਾਂ ਨੇ ਲੋਕ ਕਰ ਲੈਣਾ। ਸੋ ਬੇਨਤੀ ਹੈ ਸਾਰੀ ਸੰਗਤ ਨੂੰ ਕਿ ਆਪ ਜੀ ਨੇ ਗੁਰੂ ਦੇ ਲੰਗਰ ਛਕ ਕਰਕੇ ਜਾਣਾ, ਕਿਸੇ ਬਿਮਾਰੀ ਕਰਕੇ ਲੰਗਰ ਛਕੇ ਵੈਦ ਨਹੀਂ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।